ਸ੍ਰੀ ਅਕਾਲ ਜੀ ਸਾਰੇ ਹੀ ਵਿਊਜ਼ ਨੂੰ। ਅੱਜ ਦਾ ਸਾਡਾ ਵਲੌਗ ਆ ਵੀ ਪੇਰੈਂਟਸ ਮੀਟਿੰਗ ਦੇ ਉੱਪਰ, ਕਿਉਂਕਿ ਸੈਕਰਡ ਹਾਰਟ ਸਕੂਲ ਦੇ ਜੂਨੀਅਰ ਵਿੰਗ ਦੀ ਅੱਜ ਪੇਰੈਂਟਸ ਮੀਟਿੰਗ ਸੀ ਫਾਈਨਲ ਰਿਜ਼ਲਟ ਦੀ। ਸੋ ਆਪਣਾ ਵੀ ਜਾਣਾ ਬਣਦਾ ਹੈ, ਕਿਉਂਕਿ ਆਪਣਾ ਕਾਕਾ ਵੀ ਤਾਂ ਉੱਥੇ ਪੜ੍ਹਦਾ ਹੈ। ਸੋ ਆਪਾਂ ਰੈਡੀ ਹੋ ਗਏ, ਅਤੇ ਨਵਾਬ ਨੇ ਵੀ ਹਰੀ ਕ੍ਰਾਂਤੀ ਵਾਲੀ ਪੜਕੀ ਜਿਹੜੀ ਉਹ ਪਹਿਣ ਕੇ ਹੋ ਗਏ ਰੈਡੀ, ਫਿਰ ਹਾਇਆ ਬੂਸਾ ਬਾਈਕ 'ਤੇ ਹੋ ਗਏ ਸਵਾਰ, ਅਤੇ ਰਾਹ ਨੂੰ ਚੀਰਦੀ ਹੋਈ ਕਦੋਂ ਸੈਕਰਡ ਹਾਰਟ ਸਕੂਲ ਦੇ ਮੇਨ ਗੇਟ 'ਤੇ ਪਹੁੰਚ ਗਈ ਪਤਾ ਹੀ ਨਹੀਂ ਲੱਗਿਆ। ਹਾਲਾਂਕਿ ਇਹ ਤਾਂ ਮੀਟਰ 'ਤੇ ਚੱਲਦਾ ਨਹੀਂ, ਪਤਾ ਨਹੀਂ ਕਿੰਨੀ ਸਪੀਡ ਸੀ। ਸੋ ਸਕੂਲ ਜਗ੍ਹਾ ਵੇਖਿਆ ਕਿ ਬੜੀ ਸੁੰਨਸਾਨ ਛਾਈ ਹੋਈ ਹੈ, ਐਂ ਲੱਗਦਾ ਸੀ ਕਿ ਅੱਜ ਪੇਰੈਂਟਸ ਮੀਟਿੰਗ ਨਹੀਂ, ਸ਼ਾਇਦ ਅੱਜ ਕੋਈ ਹੋਰ ਹੀ ਪ੍ਰੋਗਰਾਮ ਹੋਵੇ। ਫਿਰ ਨਵਾਬ ਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਬਹੁਤ ਦਿਲ ਦੀ ਧੜਕਣਾਂ ਵਧੀਆਂ ਹੋਈਆਂ, ਕਿਉਂਕਿ ਰਿਜ਼ਲਟ ਆ ਨਾ, ਰਿਜ਼ਲਟ ਦੇ ਵਿੱਚ ਨਰਵਸ ਹੋਣਾ ਤਾਂ ਬਣਦਾ ਹੈ। ਪਰ ਫਿਰ ਵੀ ਛੋਟੀ ਛੋਟੀ ਸਮਾਈਲ ਅਤੇ ਧੀਰੇ ਧੀਰੇ ਕਰਕੇ ਜਿਹੜੇ ਪੇਰੈਂਟਸ ਵੀ ਉਹ ਸਕੂਲ ਦੇ ਵਿੱਚ ਆਉਂਦੇ ਗਏ, ਉੱਚੀਆਂ ਉੱਚੀਆਂ ਇਮਾਰਤਾਂ ਵੇਖਦੇ ਹੋਏ ਅਤੇ ਰਾਹ ਨੂੰ ਚੀਰਦੇ ਹੋਏ ਆਪਦੇ ਬੱਬਰ ਸ਼ੇਰ ਪੈਰਾਂ ਦੇ ਨਾਲ ਅਸੀਂ ਪੇਰੈਂਟਸ ਮੀਟਿੰਗ ਵਾਲੇ ਬੋਰਡ ਤੱਕ ਪਹੁੰਚ ਗਏ। ਉੱਥੇ ਲਿਸਟ ਲੱਗੀ ਹੋਈ ਸੀ ਕਿ ਅਲੱਗ ਅਲੱਗ ਬੁੱਕ ਲਿਸਟ ਲੱਗੀ ਹੋਈ ਸੀ ਕਿੱਥੋਂ ਕਿੱਥੋਂ ਤੁਸੀਂ ਕਿੱਦਾਂ ਕਿੱਦਾਂ ਬਾਏ ਕਰ ਸਕਦੇ। ਫਿਰ ਕਿਉਂਕਿ ਲਿਫਟ ਦਾ ਪ੍ਰਬੰਧ ਹੈਗਾ ਨਹੀਂ ਸੀ, ਲੱਤਾਂ ਧੂ ਧੂ ਕੇ ਅਸੀਂ ਪਹੁੰਚੇ ਪੇਰੈਂਟਸ ਮੀਟਿੰਗ ਦੇ ਮੇਨ ਗੇਟ 'ਤੇ, ਜਿੱਥੇ ਕਿ ਨਵਾਬ ਦੇ ਮੈਂਬਰ ਬੈਠੇ ਹੋਏ ਸੀ। ਕਿਉਂਕਿ ਨੰਬਰ ਕਾਕੇ ਨੇ ਕਾਫੀ ਲਏ ਸੀ, ਤਾਂ ਲੈ ਕੇ ਸੈਲਫੀ ਮਰਨ ਦੇ ਨਾਲ ਅਤੇ ਫਿਰ ਅਸੀਂ ਯੂ ਟਰਨ ਮਾਰਿਆ ਅਤੇ ਸਕੂਲ ਦੀ ਹਰਿਆਲੀ ਅਤੇ ਵੱਡੀਆਂ ਵੱਡੀਆਂ ਇਮਾਰਤਾਂ, ਜਿੱਦਾਂ ਬੱਬੂ ਮਾਨ ਦਾ ਸੌਂਗ ਸੀ ਕਿ ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਵੇਖ ਜਦੋਂ ਆਉਂਦਾ ਇਹ ਭੁਚਾਲੇ ਗਿਰ ਜਾਂਦੀਆਂ। ਸੋ ਨਾਲ ਦੀ ਨਾਲ ਮੱਧਮ ਮੱਧਮ ਫੁੱਲਾਂ ਦੀ ਖੁਸ਼ਬੂ ਸਾਡੇ ਮਨ ਨੂੰ ਮੋਹ ਰਹੀ ਸੀ। ਤੋ ਸੋ ਅੰਤ ਅਸੀਂ ਪਹੁੰਚੇ ਪਾਰਕਿੰਗ ਦੇ ਵਿੱਚ, ਪਾਰਕਿੰਗ ਦੇ ਵਿੱਚ ਤੇ ਕਾਫੀ ਰੌਣਕ ਜਿਹੜੀ ਉਹ ਦਿਖਾਈ ਦਿੱਤੀ, ਕੋਈ ਕਾਰ ਤੇ ਕੋਈ ਬਾਈਕ ਤੇ ਪਹੁੰਚਿਆ ਹੋਇਆ ਸੀ। ਸੋ ਸਕੂਲ ਨੂੰ ਗੁੱਡ ਬਾਏ ਬੋਲ ਕੇ, ਕਿਉਂਕਿ ਨਵਾਬ ਦਾ ਅਖੀਰਲਾ ਸਾਲ ਸੀ, ਸੋ ਆਪਾਂ ਤੁਰ ਪਏ ਭਿੱਖੀ ਵਿੰਡ ਵੱਲ ਨੂੰ। ਤੇ ਅੱਜ ਆਪਾਂ ਲੈਣਾ ਸੀ, ਕਿਉਂਕਿ ਅੱਜ ਆਪਾਂ ਪ੍ਰਾਪਤ ਕਰਨਾ ਸੀ ਕਰੈਕਟਰ ਸਰਟੀਫਿਕੇਟ ਸਾਂਝ ਕੇਂਦਰ ਤੋਂ। ਫਿਰ ਸਾਂਝ ਕੇਂਦਰ ਦੇ ਵਿੱਚੋਂ ਕਰੈਕਟਰ ਸਰਟੀਫਿਕੇਟ ਪਹਿਲਾਂ ਤਾਂ ਸਕੂਲਾਂ 'ਚੋਂ ਮਿਲਦਾ ਹੁੰਦਾ ਸੀ, ਉਹ ਮਹਾਂ ਮਿਲਿਆ। ਫਿਰ ਅਸੀਂ ਸੇਵਾ ਕੇਂਦਰ ਵੱਲੋਂ ਚੌਂਕੀ 'ਚੋਂ ਇਹ ਸਰਟੀਫਿਕੇਟ ਲੈਣ ਤੋਂ ਬਾਅਦ ਤੁਰ ਪਏ ਭਿੱਖੀ ਵਿੰਡ ਵੱਲ ਨੂੰ, ਕਿਉਂਕਿ ਭੁੱਖ ਵੀ ਬੜੀ ਲੱਗ ਚੁੱਕੀ ਸੀ। ਕਿਉਂਕਿ ਭੁੱਖ ਲੱਗ ਚੁੱਕੀ ਸੀ ਤਾਂ ਫਿਰ ਆਪਾਂ ਕੀ ਕੀਤਾ ਕਿ ਕੁਲਚੇ ਦਾ ਆਨੰਦ ਲਿਆ, ਕੁਲਚੇ ਛਕੇ, ਓ ਹੋ 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 ਕਿੱਥੇ ਰਹਿ ਗਏ ਕਿੱਥੇ ਰਹਿ ਗਏ। ਫਿਰ ਲੈ ਗਏ ਆਪਣੀ ਹਾਇਆਬੂਸਾ ਬਾਈਕ, ਪਹੁੰਚ ਗਏ ਕੋਠੀ, ਅਤੇ ਕੋਠੀ ਦੇ ਵਿੱਚ ਵੀ ਬੜਾ ਮਾਤਮ ਜਿਹਾ ਛਾਇਆ ਪਿਆ ਸੀ, ਬੱਦਲ ਵਾਈ। ਅਤੇ ਅਸੀਂ ਪਹੁੰਚ ਗਏ ਅਰੋੜਾ ਬੇਕਰੀ 'ਤੇ, ਕਿਉਂਕਿ ਕਾਕੇ ਨੇ ਨੰਬਰ ਕਾਫੀ ਲਿਆ ਸੀ, ਉਹਨਾਂ ਨੂੰ ਵਿਚਾਰਿਆਂ ਨੂੰ ਆਪਾਂ ਕੁਛ ਖਾਣ ਨੂੰ ਲੈ ਕੇ ਦਿੱਤਾ। ਉੱਥੇ ਵਿਕਾਸ ਅਰੋੜਾ ਜੀ ਕਾਫੀ ਫਨੀ ਆਦਮੀ ਜਿਹੜਾ ਤੁਸੀਂ ਤੁਹਾਨੂੰ ਦਿਖਾਈ ਦੇ ਰਹੇ ਹੋ, ਪੈਸੇ ਦਾ ਝੋਲ ਮੋਲ ਕਰਦੇ ਹੋਏ ਚੀਜ਼ਾਂ ਲੈਂਦੇ ਹੋਏ ਅਸੀਂ ਪਹੁੰਚ ਗਏ ਬ੍ਰਦਰ ਮੋਬਾਈਲ ਸ਼ੋਪ 'ਤੇ। ਉੱਥੋਂ ਅਸੀਂ ਲਵਾਇਆ ਗਾਰਡ, ਕਿਉਂਕਿ ਨਿਊ ਨਿਊ ਸ਼ੋਪ ਖੁੱਲ੍ਹੀ, ਚਲੋ ਆਪਾਂ ਵੇਖਿਆ ਕਿ ਚਲੋ ਅੱਜ ਚੱਲਦੇ ਹਾਂ। ਸੋ ਅਸੀਂ ਪਹੁੰਚ ਗਏ ਬ੍ਰਦਰਸ ਵਾਲਿਆਂ ਦੀ ਸ਼ੋਪ 'ਤੇ, ਉੱਥੋਂ ਲਵਾਇਆ ਗਾਰਡ। ਅਤੇ ਇਸ ਤਰ੍ਹਾਂ ਹੀ ਹੋ ਜਾਂਦੀ ਹੈ ਇਸ ਵਲੌਗ ਦੀ ਸਮਾਪਤੀ। ਮਿਲਾਂਗੇ ਇੱਕ ਹੋਰ ਨਵੇਂ ਅਤੇ ਇੰਟਰਸਟਿੰਗ ਵਲੌਗ ਦੇ ਨਾਲ, ਤੱਕ ਲਈ ਹੱਸਦੇ ਰਹੋ ਵੱਸਦੇ ਰਹੋ, ਗੁੱਡ ਬਾਏ।